ਬਣਤਰ ਤੇ ਕਾਲੇ ਟੂਨੇ ਦੀਆਂ ਘਟਨਾਵਾਂ ਅਕਸਰ ਹੀ ਵੇਖਣ ਨੂੰ ਮਿਲਦੀਆਂ ਨੇ ਤੇ ਤਾਜ਼ਾ ਮਾਮਲਾ ਪੁਲਿਸ ਥਾਣਾ ਕੱਚਾ ਪੱਕਾ ਦੀ ਨਾਉਂਦੇ ਪਿੰਡ ਲਖਣਾ ਤਪਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਦੇ ਵੱਲੋਂ ਗੁਰਦੁਆਰਾ ਬਾਬਾ ਝਾੜੂ ਸਿੰਘ ਜੀ ਵਿਖੇ ਟੂਨਾ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਤੇ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਔਰਤ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦੀ ਹੈ ਤੇ ਇੱਕ ਕਾਗਜ਼ ਦੇ ਉੱਪਰ ਜਿਸ ਤੇ ਹਿੰਦੂ ਮਤ ਦੇ ਅਨੁਸਾਰ ਕੁਝ ਲਿਖਿਆ ਹੋਇਆ ਸੀ ਉਹ ਰੱਖ ਕੇ ਫਰਾਰ ਹੋ ਜਾਂਦੀ ਹੈ। ਇਹ ਸਾਰੀ ਵਾਰਦਾਤ ਗੁਰੂ ਘਰ ਦੇ ਵਿੱਚ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਪਿੰਡ ਵਾਸੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ। ਦੱਸ ਦਈਏ ਕਿ ਇਸ ਔਰਤ ਦੇ ਦੋ ਨੌਜਵਾਨ ਲੜਕੇ ਨੇ ਜੋ ਕੁਝ ਵੀ ਨਹੀਂ ਕਰਦੇ ਅਤੇ ਪਤੀ ਇਸ ਦਾ ਮਿਸਤਰੀ ਹੈ। ਜਦੋਂ ਇਸ ਬਾਰੇ ਔਰਤ ਨੂੰ ਪੁੱਛਿਆ ਗਿਆ ਤਾਂ ਉਸਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ। ਉਹ ਭਾਜੀ ਮੈਂ ਕੀਤਾ ਸੀਗਾ ਤੇ ਮੈਂ ਮੰਨ ਗਈ ਸੀ। ਕੀਤਾ ਕਿਉਂ ਸੀਗਾ? ਕੀਤਾ ਕਿ ਕਿਉਂਕਿ ਮੇਰਾ ਮੁੰਡਾ ਨਹੀਂ ਸੀ ਠੀਕ ਰਹਿੰਦਾ, ਇਸ ਕਰਕੇ ਉਹ ਆਇਆ ਸੀਗਾ ਇਤਨਾ ਭਾੜਾ ਜਿਹਾ ਤੁਰਦਾ ਫਿਰਦਾ। ਉਹਨਾਂ ਮੈਨੂੰ ਦੇ ਦਿੱਤਾ, ਮੈਂ ਰੱਖ ਆਈ ਉਹਦਾ ਕਾਰਨ ਕਰਕੇ। ਕਿੰਨੇ ਦਿੱਤਾ ਸੀਗਾ? ਉਹ ਭਾਟੇ ਜੇ ਜਿਹੜੇ ਹੁੰਦੇ ਮੰਗਣ ਵਾਲੇ ਭਾਟੇ? ਹਾਂ। ਕਿੰਨੇ ਪੈਸੇ ਦੇ ਤੁਹਾਡੇ ਕੋਲ ਲੈ ਗਏ? 125 ਰੁਪਏ ਬਸ, ਜ਼ਿਆਦੇ ਨਹੀਂ। ਅੱਛਾ, ਤੇ ਤੁਹਾਨੂੰ ਕੀ ਕਹੇਗਾ? ਗੁਰੂ ਘਰ ਰੱਖ ਕੇ? ਹਾਂ, ਉਹਨੇ ਆਖਿਆ ਗੁਰੂ ਉੱਥੇ ਰੱਖ ਆਇਓ ਤੇ ਤੁਹਾਡਾ ਵੀ ਕੋਈ ਨੁਕਸਾਨ ਨਾ ਹੋਊਗਾ, ਤੁਹਾਡਾ ਬੇਟਾ ਠੀਕ ਹੋਊਗਾ, ਤੁਹਾਡੇ ਵੀ ਕੋਈ ਕਿਸੇ ਦਾ ਨੁਕਸਾਨ ਵਾਸਤੇ ਨਹੀਂ। ਉਸ ਤੋਂ ਬਾਅਦ ਇਹਨਾਂ ਨੇ ਵੇਖਿਆ ਕਿਤੇ ਕਮੇਟੀ ਵਾਲਿਆਂ ਨੇ, ਇਹਨਾਂ ਨੇ ਕਿਹਾ ਵਾ ਵੀ ਇੱਦਾਂ ਕਰਕੇ ਰੱਖਿਆ ਗਿਆ। ਤੁਸੀਂ ਗਲਤੀ ਫੀਲ ਕੀਤੀ ਸੀਗੀ ਆਪਦੀ? ਹਾਂਜੀ, ਬਹੁਤ। ਕਿੰਨੀ ਵਾਰ ਕੀਤੀ ਸੀਗੀ? 2 ਵਾਰੀ। ਤੇ ਫਿਰ ਤੁਹਾਨੂੰ ਥਾਣੇ ਕਿਉਂ ਲਿਆਇਆ ਗਿਆ? ਉਹ ਤਾਂ ਫਿਰ ਹੁਣ ਮਾਲਕ ਹੀ ਜਾਣਦਾ ਕੀ ਕਰਨ ਲਿਆਂਦਾ ਗਿਆ। ਸਾਨੂੰ ਤੇ ਸ਼ਾਮਾਂ ਨੂੰ ਵੇਖਿਆ ਸੀ। ਕਿਸ ਤਰ੍ਹਾਂ ਪਤਾ ਲੱਗਦਾ ਤੁਹਾਨੂੰ? ਉਹ ਬੁਰਜੀ ਦੇ ਉੱਤੇ ਰੱਖ ਕੇ ਤੇ ਚਲ ਗਈ ਸਵੇਰੇ, ਪਿੰਡ ਦਾ ਇੱਥੋਂ ਸਿੰਘ ਉਹਨੇ ਦੱਸਿਆ ਜੀ। ਤੇ ਫਿਰ ਬਾਅਦ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਤੁਹਾਡੇ ਵੱਲੋਂ? ਕਾਰਵਾਈ ਫਿਰ ਉਹਨੂੰ ਪੁੱਛਿਆ ਮੁੜ ਕੇ, ਇਸ ਤਰ੍ਹਾਂ ਬੰਦੀ ਕਾਰਵਾਈ ਚੱਲਣ ਡਈ। ਤੇ ਕੋਈ ਦਰਖਾਸਤ ਵਗੈਰਾ ਦਿੱਤੀ ਗਈ ਤੁਹਾਡੇ ਵੱਲੋਂ ਬੀਬੀ ਦੇ? ਨਹੀਂ, ਪਿੰਡ 'ਚ ਹੀ ਫੈਸਲਾ ਹੁੰਦਾ ਰਿਹਾ ਸਭ ਦੇ ਰਹੇ। ਬਾਬਾ ਜੀ, ਗੁਰੂ ਦੀ ਹਜ਼ੂਰੀ ਦੇ ਵਿੱਚ ਉਹਨੇ ਏਡਾ ਤਗੜਾ ਦੁਸ਼ਕਰਮ ਕੀਤਾ ਬੀਬੀ ਨੇ, ਤੇ ਕੋਈ ਕਾਰਵਾਈ ਵਗੈਰਾ ਨਹੀਂ ਕਰਵਾਈ ਵੀ ਗੁਰਦੁਆਰਾ ਕਮੇਟੀ ਨੇ ਜਾਂ ਤੁਸੀਂ? ਪਿੰਡ ਦੀ ਕਮੇਟੀ ਫੈਸਲਾ ਕਰ ਦਿੰਦੀ ਸੀ। ਫੈਸਲਾ ਕਿਉਂ ਬਾਬਾ ਜੀ, ਕਾਰਵਾਈ ਕਿਉਂ ਨਹੀਂ ਕਰਾਈ ਗਈ? ਕਾਰਵਾਈ ਫਿਰ ਉਹਨਾਂ ਕਾਰ ਕਮੇਟੀ ਨੂੰ ਦੱਸਿਆ। ਪਿੰਡ ਵਾਸੀਆਂ ਦੇ ਵੱਲੋਂ ਇਸ ਸੰਬੰਧੀ ਪੁਲਿਸ ਦੇ ਵਿੱਚ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ ਤੇ ਜਦੋਂ ਪੁਲਿਸ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਸਰ, ਕੋਈ ਸਾਬਤ ਹੋਇਆ ਹੈ ਵੀ ਵਾਕਈ ਇਹਨੇ ਗੁਰਦੁਆਰੇ ਵਿੱਚ? ਅਜੇ ਤਸਦੀਕ ਕੀਤੀ ਜਾ ਰਹੀ ਹੈ। ਤੁਸੀਂ ਤਾਂ ਸਰ ਸੀਸੀਟੀਵੀ ਕੈਮਰੇ 'ਚ ਵੀਡੀਓ ਵੀ ਬਣੀ ਹੈ। ਅਜੇ ਮੈਂ ਤਸਦੀਕ ਕਰ ਰਹਾ ਹਾਂ, ਜੇ ਕੋਈ ਗੱਲ ਸਾਹਮਣੇ ਉਹ ਕਰ ਕੀਤੀ, ਜੇਕਰ ਕੋਈ ਸਾਬਤ ਹੁੰਦਾ ਹੈ ਕਿ ਕਰ ਕੀਤੀ। ਤਾਂ ਫਿਲਹਾਲ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਤਾਂ ਜਾਂਚ ਕੀਤੀ ਜਾ ਰਹੀ ਹੈ, ਪਰ ਜਿਸ ਤਰ੍ਹਾਂ ਧਰਮ ਦੇ ਆਧਾਰ ਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਆਪਣੇ ਆਪ ਦੇ ਵਿੱਚ ਹੀ ਬਹੁਤ ਨਿੰਦਣਯੋਗ ਹੈ। ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ, ਦ ਸਮਰ ਨਿਊਜ਼।